ਸੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ। ਅੱਜ ਪਰੀਵਾਲਾ ਬਾਈ ਰਾਜ ਪਰੀਵਾਲਾ ਦੇ ਘਰ ਪਹੁੰਚੇ ਹਾਂ ਜੀ, ਕਰਦੇ ਹਾਂ ਉਹਨਾਂ ਨਾਲ ਆਪਾਂ ਗੱਲਬਾਤ। ਸੋ ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਬਾਈ ਭੁਪਿੰਦਰ, ਬਾਈ ਜਗਦੇਵ, ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਹਾਂ ਤੁਹਾਨੂੰ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਮਾਂ ਦੇਣ ਲਈ। ਸੋ ਕਰਦੇ ਹਾਂ ਬਾਈ ਜੀ ਨਾਲ ਆਪਾਂ ਗੱਲਬਾਤ, ਕਿੱਥੋਂ ਉਹਨਾਂ ਨੇ ਕਬੂਤਰ ਰੱਖੇ ਸੀ ਅਤੇ ਕਿਹੋ ਜਿਹਾ ਅੱਜ ਤੱਕ ਉਹਨਾਂ ਦਾ ਸ਼ੌਕ ਰਿਹਾ, ਕਿੰਨੀਆਂ ਕੁ ਬਾਜ਼ੀਆਂ ਜਿੱਤੀਆਂ। ਸੋ ਸਭ ਤੋਂ ਪਹਿਲਾਂ ਬਾਈ ਜੀ ਆਪਾਂ ਗੱਲ ਤੁਹਾਡੇ ਸ਼ੌਕ ਦੀ ਸਟਾਰਟਿੰਗ ਤੋਂ ਹੀ ਕਰਦੇ ਹਾਂ ਵੀ ਤੁਸੀਂ ਸਟਾਰਟਿੰਗ ਕਿਹੜੇ ਸਨ ਅਤੇ ਕਦੋਂ ਕੀਤੀ ਸੀ? ਸਟਾਰਟਿੰਗ ਤਾਂ ਹੋਣ ਬਾਈ ਭਿੰਦਰ, ਸ਼ੌਕ ਤਾਂ ਬਾਹਲੇ ਨਿੱਕੇ ਹੁੰਦਿਆਂ ਨੂੰ ਪੈ ਗਿਆ ਸੀਗਾ, ਪੜ੍ਹਦਿਆਂ ਨੇ ਜੀ। ਅਤੇ ਜਾਣੀ ਜੇ ਰੱਖੇ ਆ ਕਬੂਤਰੇ ਮੈਨਾਂ ਦਾ 85-86 ਦੇ ਵਿੱਚ ਇੱਥੇ ਰੱਖੇ ਜੀ। ਕਿਹੜਾ ਉਹ ਖਿਡਾਰੀ ਸੀ ਜਿਹਨਾਂ ਤੋਂ ਤੁਸੀਂ ਕਬੂਤਰ ਲੈ ਕੇ ਆਏ 86 ਦੇ ਵਿੱਚ? 86 'ਚ ਉਹ ਸੀ ਵੀ ਉਸ ਨਾਲ ਪਾਣੀ ਆਇਆ ਸੀਗਾ ਆਪਣੇ ਇੱਥੇ ਜੀ, ਵਿਣਗੀ ਪਾਣੀ ਆ ਗਿਆ ਸੀਗਾ ਜੀ। ਅਤੇ ਉਹ ਬਾਈ ਜਗਰਾਂਦਰ ਸੀ ਜਰਾ ਸੁਰਗਵਾਸ ਹੋ ਗਿਆ ਜੀ। ਉਦੋਂ ਅਸੀਂ ਇਹਨਾਂ ਦਾ ਨਾ ਪਾਣੀ ਦੇ ਵਿੱਚ ਨਾ ਸਮਾਨ ਸਮੂਨ ਗਏ ਸੀਗੇ ਚੱਕਣ, ਸਮਾਨ ਘਰ ਦਾ ਕੋਈ ਸਰੋਂ ਸੀ ਜਾਂ ਕਿਵੇਂ ਕੁਛ ਵੀ ਹੈ ਉਹ ਅਸੀਂ, ਆ ਮੇਰੇ ਕੋਲ 60 ਗ੍ਰਾਮ ਟਰੈਕਟਰ ਸੀਗਾ ਜੀ, ਪਾਣੀ ਜ਼ਿਆਦਾ ਖੜਾ ਕਰਕੇ ਉੱਚਾ ਕਰਕੇ ਟਰੈਕਟਰ ਸਮਾਨ ਸਮੂਨ ਚੱਕਣ ਗਿਆ ਅਤੇ ਮੈਂ ਉੱਥੇ ਹੀ ਫਿਰ ਇਹਨਾਂ ਕੋਲ ਰਿਹਾ ਜੀ। ਉਦੋਂ ਬਾਅਦ ਫਿਰ ਇਹਨਾਂ ਨੇ ਉੱਥੇ ਜੋ ਕਬੂਤਰ ਸੀ ਇਹਨਾਂ ਦੇ ਭੂਰੇ ਦੇ ਰੱਖੇ ਹੁੰਦੇ ਸੀ ਜੀ, ਪਿੰਡ 'ਚ ਭੂਰਾ ਉਹ ਵੀ ਦੇਖੋਗੇ ਵਿਚਾਰੇ ਜੀ। ਫਿਰ ਉਦੋਂ ਮੈਂ ਪਾਣੀ ਵੇਲੇ ਕਬੂਤਰ ਇਹਨਾਂ ਤੋਂ ਲਿਆਂਦਾ ਸੀ ਘਰੇ ਭੂਰੇ ਤੋਂ, ਜਗਨੰਦਨ ਸਿੰਘ ਵਿੜੰਗ ਹੈ ਉਹਨਾਂ ਦੇ ਘਰੋਂ ਤੁਸੀਂ ਲਿਆ ਕੇ ਸ਼ੁਰੂਆਤ ਕੀਤੀ? ਭੂਰੇ ਦੇ ਰੱਖੇ ਹੁੰਦੇ ਸੀ, ਭੂਰੇ ਕੋਲ ਡਾਉਂਦੇ ਹੁੰਦੇ ਸੀ ਕਬੂਤਰ ਜੀ, ਉੱਥੋਂ ਫਿਰ ਮੈਂ ਲਿਆ ਕੇ ਘਰੇ ਕਬੂਤਰ ਰੱਖ ਲਏ ਸੀ ਜੀ। ਬਸ ਉਦੋਂ ਬਾਅਦ ਫਿਰ ਹੌਲੀ ਹੌਲੀ ਬਾਜ਼ੀਆਂ ਸਟਾਰਟ ਉਦੋਂ ਹੀ ਕਰਤੀਆਂ ਸੀ ਜਾਂ ਹੌਲੀ ਹੌਲੀ ਕਿਸੇ? ਬਸ ਉਦੋਂ ਦੂਜੇ ਸਾਲ ਤੋਂ ਕਰਤੀਆਂ ਸੀ, ਮਾਨ ਲਾ ਜਦੋਂ ਰੱਖ ਲਏ ਦੂਜੇ ਸਾਲ ਮੈਂ ਬਸ ਦੋ ਕੁ ਬਾਜ਼ੀਆਂ ਛੱਡੀਆਂ, ਉਦੋਂ ਬਾਅਦ ਫਿਰ ਕੰਮ ਵੱਧ ਗਿਆ। ਜਿਹੜਾ ਜਿਵੇਂ ਕਹਿ ਦਿੰਦੇ ਵੀ ਗੁਰੂ ਬਿਨਾਂ ਗਤ ਨਹੀਂ, ਹਾਂ ਵੀ ਉਹ ਖੇਲ ਪਾਣੀ ਤੁਸੀਂ ਕਿਹਤੋਂ ਸਿੱਖਿਆ ਫਿਰ ਉਹ ਉਦੋਂ? ਖੇਲ ਪਾਣੀ ਮੇਰਾ ਫੁੱਫੜ ਸੀ ਇੱਕ ਮਹਿੰਦਰ ਸਿੰਘ ਸੁਹਾਗ ਜੀ, ਪੁਰਾਣਾ ਬੰਦਾ ਸੀ ਜੀ, ਸੁਹਾਗ ਗੋਤ ਸੀ ਜਾਂ ਉਹਨਾਂ ਨੇ ਪਿੰਡ ਸੁਹਾਗ, ਪਿੰਡ ਹਰੀਕੇ ਪਚਰਮਾਲੇ ਦੇ ਪਿੰਡ ਦੇ ਨਾਲ ਸੀ ਜੀ, ਹਰੀਕਿਆਂ ਦੇ ਨਾਲ ਜੀ ਜੀ, ਸੁਹਾਗ ਉਹਨੇ ਸਾਰਾ ਕੁਛ ਮੈਨੂੰ ਦੱਸਿਆ ਸੀ ਜੀ। ਮਤਲਬ ਜੋ ਉਹਨਾਂ ਨੇ ਤੁਹਾਨੂੰ ਖੇਡ ਪਾਣੀ ਸੀ ਦੂਜੇ ਸਾਲ ਹੀ ਤੁਸੀਂ ਮਤਲਬ ਬਾਜ਼ੀਆਂ ਜਿੱਤੀਆਂ? ਕਿਰਪਾ ਦਾ ਤਿਤਰੀ ਬਾਬਾ ਚੰਗੇ ਠੀਕ ਰਹੇ ਦੂਜੇ ਸਾਲ ਜੀ। ਮੈਂ ਪਹਿਲੀ ਬਾਜ਼ੀ ਘਰੋਂ ਛੱਡ ਕੇ ਅਤੇ ਬਾਜ਼ੀ ਜਿੱਤ ਲਈ ਸੀ, ਦੁਸਰ ਅਤੇ ਵਗਾੜੀ ਬਾਜ਼ੀ ਛੱਡੀ ਸੀ ਜੀ, ਮੱਲਣ ਵਾਲੇ ਬੋਗੇ ਨਾਲ ਵੰਡੀ ਸੀ ਜੀ, ਕਬੂਤਰ ਸਾਡਾ ਮਾੜਾ ਸੀ ਬੋਗੇ ਦਾ ਬੜਾ ਚੰਗਾ ਸੀ ਜੀ, ਅਤੇ ਉਹ ਮੇਰਾ ਫੁੱਫੜ ਮਹਿੰਦਰ ਸਿੰਘ ਮੱਲਣ ਵਿਆਹ ਕਰਕੇ ਉਹਨੇ ਸਾਡੇ ਨਾਲ ਬਾਜ਼ੀ ਵੰਡ ਲਈ ਸੀ। ਬਹੁਤ ਵੱਡਾ ਨਾਂ ਉਹਨਾਂ ਦਾ। ਹਾਂਜੀ ਹਾਂਜੀ, ਕਿੰਨੀ ਕੁ ਖੁਸ਼ੀ ਹੋਈ ਵੀ ਇੰਨੇ ਤੁਹਾਡੇ ਤੋਂ ਮਤਲਬ ਬਹੁਤ ਸੀਨੀਅਰ ਖਿਡਾਰੀ ਆ ਬੋਗਾ ਮੱਲਣ ਜੀ। ਖੁਸ਼ੀ ਤਾਂ ਹੋਣੀ ਆ ਜੀ, ਅਣਜਾਣ ਬੰਦਿਆਂ ਨੇ ਇਹਦੇ ਖਿਡਾਰੀ ਨੂੰ ਬਾਜ਼ੀ ਵੰਡ ਲਈ ਜੀ, ਉਹ ਮੇਰੇ ਫੁੱਫੜ ਨੇ ਕਬੂਤਰ ਸਾਂਭਿਆ ਸੀ ਦੂਸਰਾ ਸਾਡਾ ਜੀ, ਤੁਸੀਂ ਵੀ ਸਿੱਖੀ ਹੋ ਗੇਮ? ਫਿਰ ਸਿੱਖਣੀ ਤਾਂ ਸੀਗੀ ਹੌਲੀ ਹੌਲੀ, ਜਿਵੇਂ ਦੱਸਦਾ ਉਸ ਤੋਂ ਸਾਰਾ ਕੁਛ ਸਿੱਖਿਆ ਜੀ, ਉਸ ਨਾਲ ਦੱਸ ਰਹੇ ਕੰਮ। ਅੱਜ ਫਿਰ ਤੁਹਾਡੇ ਕੋਲ ਉਹੀ ਨਸਲ ਤੁਰੀ ਆਉਂਦੀ ਆ ਜਾਂ ਤੁਸੀਂ ਕਬੂਤਰ ਹੋਰ ਚੇਂਜ ਕੀਤੇ? ਨਸਲਾਂ ਤਾਂ ਜੀ ਪਤਾ ਜੀ ਉਦੋਂ ਹੋਰ ਸੀ, ਹੁਣ ਹੌਲੀ ਹੌਲੀ ਬਦਲਾਅ ਦੇ ਹਿਸਾਬ ਨਾਲ ਬਦਲੀ ਜਾਂਦੀਆਂ। ਮਤਲਬ ਪੁਰਾਣੇ ਕਬੂਤਰ ਤੁਹਾਡੇ ਕੋਲ ਉਹ ਨਹੀਂ ਰਹੇ? ਨਹੀਂ ਹੈ ਨਹੀਂ ਜੀ, ਪੁਰਾਣੇ ਕਬੂਤਰ ਤਾਂ ਸਾਡੇ ਉਦੋਂ ਬਾਅਦ ਜਿਵੇਂ ਮਰਾਦ ਵਾਲੇ ਕਬੂਤਰ ਸੀਗੇ
ਮਲਕੀਤ ਵਾਲੇ ਕਬੂਤਰ ਸਾਡੇ ਕੋਲ ਨਾ, ਜਦੋਂ ਅਸੀਂ ਪਹਿਲੀ ਬਾਜੀ ਛੱਡੀ ਸੀ ਖਾਰੇ, ਦੂਜੀ ਬਾਜੀ ਉਹਦਾ ਭਰਾ ਛੱਡਤਾ ਸੀ ਭੁੱਲਰੀ ਜੀ, ਉਦੋਂ ਅਸੀਂ ਸਾਰਾ ਗਰੁੱਪ ਇਕੱਠੇ ਸੀ, ਬੋਰਡ ਕੇ ਜਗਰਾਂਦਰ ਤੇ ਆਪਣਾ ਮੇਰੇ ਪਿੰਡ ਮੁੰਡਾ ਬਲਜਿੰਦਰ ਇੱਕ ਜੀ, ਉਹ ਬਾਹਰ ਗਿਆ ਹੁਣ ਆਇਆ ਹੋਇਆ। ਅਸੀਂ ਉਹਨਾਂ ਨੂੰ ਪੈਸੇ ਲਾ ਲਏ, ਉਦੋਂ ਨਵਾਂ ਸ਼ੌਂਕ ਜਿਹਾ ਹੁੰਦਾ ਸੀ ਜੀ, 400 ਰੁਪਇਆ ਉਹਦੇ ਨਾਲ ਲਾਇਆ ਸੀ ਸਰਪੰਚ ਨਾਲ ਜੀ। ਅਸੀਂ ਸਾਡਾ ਕਬੂਤਰ ਨਿਕਲ ਗਿਆ ਜੀ, ਇਹ ਸਰਪੰਚ ਦਾ ਕਬੂਤਰ ਤੇ ਇਹ ਮਰਾਦ ਵਾਲੇ ਕਬੂਤਰ ਹੱਥ ਜਿੱਤ ਗਈ ਭੁੱਲ ਰਹੀ ਜੀ। ਅਗਲੇ ਦਿਨ ਇਹ ਸਾਡਾ ਕਬੂਤਰ ਪਾਲਣ ਗਏ ਜੀ, ਨਿਕਲਿਆ ਕਬੂਤਰ ਮੁੰਡਾ ਬਲਜਿੰਦਰ ਕਨੇਡਾ ਚ, ਇੱਕ ਦੀ ਡੈਥ ਹੋ ਗਈ, ਬਿੰਦਰ ਸੀ ਮੁੰਡਾ ਸਾਡੇ ਇੱਥੇ, ਉਹਦੇ ਮੁੰਡੇ ਦੇ ਕਬੂਤਰ ਰੱਖੇ ਹੋਣ ਜੀ। ਇਹ ਪਾਲਣ ਗਏ ਤੇ ਇਹਨਾਂ ਦੇ ਇੱਕ ਤਾਂ ਕਬੂਤਰੀ ਆਦਰੀਆਂ ਵਾਲੇ ਬੈਂਤ ਦੀ ਸੀ ਜੀ, ਨਹਿਰ ਤੋਂ ਮਿਲ ਗਈ ਅਗਲੇ ਦਿਨ, ਇੱਕ ਮੁਰਾਦ ਵਾਲੀ ਕਬੂਤਰੀ ਇਹਨਾਂ ਉੱਥੇ ਆ ਗਈ ਜੀ ਨਹਿਰ ਤੋਂ, ਇਹ ਫੜ ਕੇ ਤੇ ਆਪਦਾ ਪਾਲਣ ਗਏ ਤੇ ਵਾਪਸੀ ਆ ਗਏ। ਇਹਨੇ ਜਦੋਂ ਮੈਨੂੰ ਦੱਸਿਆ ਵੀ ਕਬੂਤਰੀਆਂ ਆ ਪਾਲ ਲਿਆ ਸੀ ਆਣ ਨਾਲ, ਫਿਰ ਉਹ ਅਸੀਂ ਉਹ ਇੱਕ ਕਬੂਤਰ ਮੇਰੇ ਕੋਲ ਫਤਿਹ ਦਾ ਆ ਗਿਆ ਸੀਗਾ ਫਰੀਦਕੋਟੋਂ ਜੀ, ਬਹੁਤ ਚੰਗਾ ਕਬੂਤਰ ਸ਼ਰੀ ਵਾਲੇ ਛੱਡਿਆ ਸੀ ਜਸਵਿੰਦਰ ਦੇ ਪਿੰਡ, ਉਹ ਫਿਰ ਜੋੜਾ ਬਣਾ ਸੀ ਬਣਾ ਕੇ ਸਾਡੇ ਕੋਲ ਬਹੁਤ ਬੜੀ ਨਸਲ ਬਣੀ। ਉਸ ਤੋਂ ਬਾਅਦ ਮਤਲਬ ਪਿੱਛਾ ਮੁੜ ਕੇ ਤੁਸੀਂ ਬਹੁਤ, ਉਹ ਬਾਈ ਦੀ ਕਿਹੜੀ ਬਾਜੀ ਸੀ, ਕਿਹੜੇ ਪਿੰਡ ਸੀ ਜਿੱਥੋਂ ਰਾਜ ਦਾ ਨਾਂ ਲੋਕ ਜਾਣਨ ਲੱਗ ਗਏ ਵੀ ਕੋਈ ਰਾਜ ਹੈਗਾ ਖਿਡਾਰੀ ਜਾਣਨ ਦਾ? ਤਾਂ ਸਭ ਤੋਂ ਵੱਡੀ ਬਾਈ ਤਕੀਰਾਂ ਤਾਂ ਆਹ, ਜਿਵੇਂ ਹੁਣ ਕਲੱਬ ਵਾਲੀਆਂ ਬਾਜੀਆਂ ਚੰਗੀਆਂ ਚੱਲੀਆਂ, ਆਪਣੇ ਸੁੱਖ ਨਾਲ ਹੀ ਸਭ ਤੋਂ ਬੜਾ ਉੱਡੇ ਚੰਗਾ ਉੱਡੇ ਆਪਣਾ। ਸੋ ਦੋਸਤੋ, ਬਾਈ ਨੇ ਸੁੱਖ ਨਾਲੇ ਬਾਜੀ ਜਿਹੜੀ ਜਿੱਤੀ ਸੀ 6,85,000 ਦੀ, ਸਭ ਤੋਂ ਵੱਡਾ ਨਾਮ ਇਹੀ ਸੀ। ਹਾਂਜੀ ਹਾਂਜੀ, 6 ਲੱਖ ਨਾਲ ਇੱਕ ਮੋਟਰਸਾਈਕਲ। ਉੱਥੇ ਬਾਈ ਜੀ ਕਿਹੜੇ ਹੋਰ ਮੇਨ ਖਿਡਾਰੀ ਸੀ ਜਿਹੜੇ, ਮੰਨ ਕੇ ਚੱਲੋ 8 ਤੋਂ 10 ਕਬੂਤਰ ਜਿਨ੍ਹਾਂ ਦੇ ਲਾਸਟ ਸੀ, ਜਿਨ੍ਹਾਂ ਨਾਲ ਮੈਚ ਫਸਿਆ ਤੁਹਾਡਾ ਲਾਸਟ? ਤਾਂ ਫਿਰ ਤੂੰ ਜਸਵਿੰਦਰ ਆਪਣਾ, ਤੈਨੂੰ ਜਸਵਿੰਦਰ ਨੂੰ ਤੇ ਮੱਡੂ ਨੂੰ ਪਤਾ ਹੋਇਆ, ਆਪਣਾ ਪੁੱਟੂ ਦਾ ਰਹੇਗਾ ਸੀ, ਰਾਮਪੁਰ ਭੋਲੀ ਦਾ ਰਹੇਗਾ ਸੀ ਤੇ ਰੀਤ ਜੈਤੋ ਜੀ, ਹਾਂ ਉਹ ਤਾਂ ਵੀ ਕਾਪੀ ਤੇ ਫਰੇ ਸੀ। ਮੈਂ ਤਾਂ ਮੇਰੀ ਟਾਵਰ ਤੇ ਡਿਊਟੀ ਚ, ਮੈਂ ਤਾਂ ਪਾਸੇ ਸੀ, ਮਗਰ ਲਿਖੋ ਤਾਂ ਮੈਂ ਮੌਕੇ ਤੇ ਆਇਆ। ਕਿੰਨਾ ਕੁ ਬਈ ਉਹ ਵੱਧ ਉੱਡਿਆ ਕਬੂਤਰ ਤੁਹਾਡਾ? ਆਪਣਾ ਕਬੂਤਰ ਵੀ 23 ਮਿੰਟ ਦੀ ਬਾ, 5 ਤੇ 55 55 ਜਾਂਦੇ ਆ ਪਿਛਦਰੀ ਦੇ ਬਾਈ ਸੋ ਮਤਲਬ ਮੇਨ ਜਿਹੜਾ ਇੰਟਰਨੈਸ਼ਨਲ ਨਾਂ ਹੈ ਤੁਹਾਡਾ ਉੱਥੋਂ ਜਾਣੀ ਕਲਾਬ ਵਾਲੀਆਂ ਵੱਡੀਆਂ ਬਾਜੀਆਂ ਤੋਂ ਵੱਡੀਆਂ ਸ਼ੁਰੂ ਹੋਇਆ। ਜਿੱਥੋਂ ਇੱਕ ਸ਼ਾਇਦ ਮੈਂ ਸੁਣਿਆ ਸੀ ਅੱਜ ਵੀ ਗੱਲ ਮੇਰੇ ਨਾਲ ਮੁੰਡਾ
ਚੁੱਕਿਆ ਸੀ ਮੈਂ ਖਿਡਾਰੀ ਰਾਜ ਨੂੰ ਮੰਨਦਾ। ਉਦੋਂ ਫਿਰ ਕਲੱਬ ਦੇ ਵਿੱਚ ਸੀਗੇ ਜੀ ਵੱਡੀਆਂ ਬਾਜ਼ੀਆਂ ਦੇ ਵਿੱਚ ਤਾਂ ਉਹਨੇ ਕਿਹਾ ਨਾ ਜਿਹੜੀਆਂ ਵੱਡੀਆਂ ਬਾਜ਼ੀਆਂ ਜਿੱਤੀਆਂ ਜੀ ਉਦੋਂ ਫਿਰ ਉਹਨੇ ਆਪਣਾ ਉਦੋਂ ਨਾਂ ਲਿਆ ਸੀ ਉਸ ਇਹਨਾਂ ਕਲੱਬਾਂ ਦੇ ਵਿੱਚ ਸੀਗਾ ਜੀ। ਤੁਹਾਡੀ ਆਪਣੇ 1985 ਦੀ ਤੁਸੀਂ ਗੱਲ ਕੀਤੀ ਹੈ, 1985 ਦੇ ਵਿੱਚ ਮੈਨੂੰ ਲੱਗਦਾ ਵੀ ਬਾਬਾ ਜੀ ਧੰਨਾ ਮਹਾਰਾਜ ਸੀ ਸੀਗੇ ਜਿਉਂ ਛੱਡਦੇ ਰਹੇ। ਹਾਂ ਬਾਬਾ ਜੀ ਰੋਡਾ ਵੀ ਸ਼ਾਇਦ ਸੀਗੇ। ਹਾਂ ਰੋਡਾ ਵੀ ਸੀਗਾ ਤੇ ਬਾਬਾ ਜੀ ਪੁੰਨੂ ਪੁੰਨੂ ਪਹਿਲਾਂ ਦੀ ਗੱਲ, ਬਾਬਾ ਜੀ ਜਰਨੈਲ ਕਾਨੇ ਵਾਲੀ ਤਾਂ ਚਲੋ ਇਹ ਵੀ ਸੀਗਾ। ਇਹਨਾਂ ਨਾਲ ਕਦੇ ਤੁਸੀਂ ਛੱਡੀਆਂ ਹੋਣ ਬਾਜ਼ੀਆਂ? ਬਾਜ਼ੀਆਂ ਤਾਂ ਛੱਡੀਆਂ ਪਰ ਉਦੋਂ ਆਪਾਂ ਇਹਨਾਂ ਦੇ ਨਾਲ ਉੱਪੜਦੇ ਨਹੀਂ ਸੀਗੇ, ਤਕੜੇ ਸੀ। ਹਾਂ ਉਦੋਂ ਜਾਣੀ ਨਵਾਂ ਨਵਾਂ ਕੰਮ ਸੀ ਨਾ ਜੀ, ਉਹਨਾਂ ਸਮਿਆਂ ਦੇ ਵਿੱਚ ਇਹਨਾਂ ਤੋਂ ਤਕੜਾ ਕੌਣ ਸੀ ਸਾਰਿਆਂ ਤੋਂ? ਤਕੜੇ ਤਾਂ ਹੁਣ ਉਦੋਂ ਪਤਾ ਕੀ ਹੈ, ਜਿਹੜੇ ਬੰਦੇ ਕੋਲ ਖੇਡ ਸੀਗੀ ਜੀ ਉਹ ਵੀ ਤਕੜੇ ਸੀਗੇ, ਜਿਵੇਂ ਜਸਵੀਰ ਕੇ ਆ ਜਾਂ ਪੁਰਾਣੇ ਬੰਦੇ ਆਪਣੇ ਥਾੜ ਵਾਲੇ ਆ ਜੀ, ਜਿਹਨਾਂ ਨੂੰ ਨੌਲੇਜ ਸੀ ਆਮ ਹਰੇਕ ਬੰਦੇ ਨੂੰ ਉਦੋਂ ਪਤਾ ਨਹੀਂ ਸੀਗਾ ਵੀ ਖੇਡ ਵੀ ਕਿਵੇਂ ਆ ਜੀ। ਜਿਵੇਂ ਬਾਈ ਕੰਤਾ ਪੱਖੀ ਵਾਲਾ
ਹਾਂ ਇੱਕ ਉਹਨੇ ਪਿੱਛੇ ਰਿਕਾਰਡਿੰਗ ਪਾਈ ਸੀ ਕਿ ਮੋਰ ਸਾਨੂੰ ਵੀ ਜਿੱਤ ਲੈਣ ਦੇ ਯਾਰ, ਜਿਵੇਂ ਮੋਰ ਦਾ ਬੜਾ ਪਿਛਲੇ ਸਾਲ ਹਨਾ ਤਾਂ ਬਾਜੀਆਂ ਨਹੀਂ ਉੱਡੀਆਂ, ਉਦੋਂ ਪਿਛਲੇ ਸਾਲ ਬੜਾ ਡੰਕਾ ਖੜਕਿਆ ਸੀ। ਮੋਰ ਦੇ ਕਬੂਤਰ ਬਹੁਤ ਉੱਡਿਆ, ਇੱਕ ਘੰਟਾ ਮਜ਼ਾਕੀ ਵੀ ਹੈ, ਨਾਲੇ ਮਜ਼ਾਕ ਨਾਲ ਵੀ ਗੱਲ ਕਰ ਜਾਂਦਾ ਜੀ, ਨਾਲੇ ਕਹਿ ਵੀ ਗਿਆ ਜੀ ਵੀ ਵਾਕਈ ਜਿੱਤ ਲੈਣ ਦੇ ਜੀ। ਉਸੇ ਤਰ੍ਹਾਂ ਮੈਂ ਗੱਲ ਕਰ ਰਿਹਾ ਵੀ ਉਦੋਂ ਉਹਨਾਂ ਤੋਂ ਤਕੜਾ ਕੌਣ ਹੁੰਦਾ ਸੀ ਬਾਈ, ਮਤਲਬ ਬਾਬਾ ਜੀ ਦਰਨੈਲ ਵੱਧ ਕਬੂਤਰ ਉਡਾ ਜਾਂਦਾ ਸੀ ਜਾਂ ਬਾਬਾ ਜੀ ਧੰਨਾ ਸੀ, ਜਾਂ ਇਹਨਾਂ ਚੋਂ ਫਾਈਟ ਕਿਹੜਾ ਦਿੰਦਾ ਸੀ ਇੱਕ ਦੂਜੇ? ਜ਼ਿਆਦੇ ਤਾਂ ਧੰਨਾ ਹੀ ਸੀਗਾ ਜੀ, ਧੰਨੇ ਦੇ ਕਬੂਤਰ ਹੀ ਬਹੁਤ ਤਕੜੇ ਸੀ ਜੀ, ਬਹੁਤ ਤਕੜੇ ਕਬੂਤਰ ਸੀ ਜੀ ਉਹਨਾਂ ਵੇਲਿਆਂ ਦੇ ਵਿੱਚ। ਗੁਰਦੇਵ ਆ ਘਣੀਆਂ ਵਾਲਾ ਜੀ, ਜਸਵੀਰ ਬਾਦਲ ਕੀ ਸੀ ਜੀ, ਮੋਹਨ ਸੋ ਕੋਈ ਬਦਲ ਕੇ ਜਿਵੇਂ ਜੀ, ਇਹ ਜਾਣੀ ਖਿਡਾਰੀ ਤਾਂ ਇਹ ਸੀ ਪੁਰਾਣੇ ਆਪਣੇ ਰੋਲਡੂ ਆ ਜੀ, ਰੋਡੇ ਕੇ ਹੈ ਜੀ, ਜਾਣੀ ਉਦੋਂ ਕਾਕੇ ਕੇ ਹੈ ਜੀ, ਤੇ ਇਹੀ ਪ੍ਰਮੁੱਖ ਖਿਡਾਰੀ ਤਾਂ ਸੀ ਜਿਵੇਂ ਸਾਈ ਪੱਖੀ ਹੈ ਜੀ, ਸਾਈ ਪੱਖੀ ਦੇ ਬਹੁਤ ਚੰਗੇ ਪੁਰਾਣੇ ਝੰਡਾ। ਹਾਂ ਮਤਲਬ ਉਦੋਂ ਉਹਨਾਂ ਤੋਂ ਤੁਹਾਨੂੰ ਡਰ ਲੱਗਦਾ ਸੀ? ਡਰ ਤਾਂ ਨਹੀਂ ਲੱਗਦਾ, ਸਾਡੇ ਕਬੂਤਰ ਉੱਡ ਜਾਂਦੇ ਬਰਾਬਰ ਉਹਨਾਂ ਦੇ ਜੀ। ਹੁਣ ਮੈਂ ਆਪਦੇ ਮੂੰਹ ਨਹੀਂ ਕਹਿੰਦਾ ਵੀ ਮੇਰੇ ਤਗੜੇ ਸੀ ਚੰਗੇ ਸੀ ਜੀ, ਨਾਲ ਬੁੜਦੇ ਸਾਡੇ ਕਬੂਤਰ ਜਿੱਥੇ ਤੁਹਾਡਾ ਚੰਗਾ, ਕਿਉਂਕਿ ਗੱਲ ਆਪਣੀ 40 ਕਬੂਤਰਾਂ ਤੇ ਰਹੀ ਹੈ ਹਨਾ, ਕੋਈ ਇਹ ਨਹੀਂ ਵੀ ਆਪਾਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਜਾਂ ਤੁਸੀਂ ਉਹਨਾਂ ਦੀ ਸ਼ਾਨ ਦੇ ਖਿਲਾਫ, ਜਿੱਥੇ ਆਪਾਂ ਕਿਸੇ ਖਿਡਾਰੀ ਨੂੰ ਹਰਾਇਆ ਹਨਾ ਉੱਥੇ ਹਰਾਇਆ। ਹਾਂ ਕਿਉਂਕਿ ਜਦੋਂ ਕਿਸੇ ਦਾ ਨਾਂ ਉੱਚਾ ਜਾਣਾ ਕਿਸੇ ਦੇ ਬਰਾਬਰ ਹਨਾ, ਜਿਵੇਂ ਕੋਈ 5 ਬੰਦੇ ਬਰਾਬਰ ਲਾਈਨ ਚ ਖੜੇ ਹੁੰਦੇ ਆ, ਜਿਵੇਂ ਅਮਾਨੀ ਤੇ ਅਡਾਨੀ ਖੜੇ ਅੱਜ ਹਨਾ, ਤੀਜਾ ਕੋਈ ਅਪ ਹੁੰਦਾ ਨਾਂ ਫੇਰ ਬਣਦਾ, ਰਾਜ ਬਰੂਵਾਲੇ ਦਾ ਨਾਂ ਵੀ ਤਾਂਹੀਓ ਬਣਿਆ ਹਨਾ। ਅੱਜ ਲੋਕ ਇਹ ਨਹੀਂ ਵੀ ਰਾਜ ਬਰੂਵਾਲੇ ਨੂੰ ਸਿਰਫ ਮੁਕਤਸਰ ਮਲੋਟ ਹਬੋਰ ਜਾਣਦੇ ਆ, ਮੰਨ ਕੇ ਚਲੋ ਵੀ ਸਾਰੇ ਵਰਲਡ ਚ ਨਾਂ ਜਾਣਦੇ ਆ, ਵੀ ਉਦੋਂ ਉਹਨਾਂ ਨੂੰ ਕਦੇ ਹਰਾਇਆ ਹੋਵੇ ਤੁਸੀਂ? ਹਰਾਇਆ ਤੇ ਹਰਾਇਆ ਹੀ ਹੈ, ਮੈਂ ਆਪਾਂ ਬੋਰਡ ਜਦੋਂ ਛੱਡੀ ਉੱਥੇ ਕੋਰੇ ਵਾਲੇ ਛੱਡੀ, ਉਦੋਂ ਇਕੱਠੇ ਛੱਡਿਆ ਮੋਹਨ ਸੋਨੂੰ ਇਕੱਠੇ ਛੱਡ ਲਈ ਮੈਂ ਜੀ, ਲੋਕ ਵੀ ਹਰਾਇਆ ਐਂ ਤਾਂ ਫਿਰ ਅਸੀਂ ਜਦੋਂ ਅਸੀਂ ਬੋਰਡ ਦੇ ਘਰੋਂ ਕਬੂਤਰ ਛੱਡਿਆ ਜੀ, 43 ਕਬੂਤਰ ਉਦੋਂ ਬਹੁਤ ਹੁੰਦੇ ਆ ਡੋਕ ਜੀ, 43 ਕਬੂਤਰ ਛੁੱਟੇ ਪਹਿਲੀ ਬਾਜੀ ਉਦੋਂ ਜੀ, ਤੇ ਕੱਲਾ ਰਿਹਾ ਸਾਡਾ 16 ਮੋਹਨ ਸੋ ਥੱਲੇ ਹਰਿਆ ਸਾਡੇ ਜੀ। ਉਹੀ ਆ ਨਾ ਜਿਹੜੀ ਮਤਲਬ ਗੱਲ ਹੈਗੀ ਆ ਨਾ, ਉਹ ਆਪਣੀ ਕਦੇ ਵੀ ਗੱਲ ਸ਼ੇਅਰ ਜਦੋਂ ਆਪਾਂ ਕਰਦੇ ਹਾਂ ਲੋਕਾਂ ਨੂੰ ਫੇਰ ਹੀ ਪਤਾ ਲੱਗਦਾ ਕਿੱਥੇ ਕਿਹਦਾ ਜਿੱਤਿਆ ਸੀ, ਕਿੱਥੇ ਕਿਹਦਾ ਜਿੱਤਿਆ ਸੀ। ਉਦੋਂ ਕੁੱਲ ਖਿਡਾਰੀ ਸੀ ਤਕੜੇ ਤੋਂ ਤਕੜਾ ਸੀ, ਗੁਰਦੀਪ ਕਮਲ ਚੌਥਾ ਹਰਿਆ ਉਦੋਂ, ਸਾਡਾ ਕਬੂਤਰ ਪਹਿਲਾ ਰਹਿ ਗਿਆ। ਕਲੱਬ ਬਾਈ ਜੀ ਤੁਹਾਡਾ ਬੜਾ ਮਸ਼ਹੂਰ ਹੋਇਆ ਸੀ, ਹਾਂਜੀ ਹਾਂਜੀ, ਤੁਹਾਡਾ ਜਿਹੜਾ ਕਲੱਬ ਤੁਸੀਂ ਬਣਾਇਆ ਸੀ ਨਾ, ਫੁੱਲ ਨਾਮ ਉਹਦਾ ਰੱਖਿਆ ਸੀ ਤੁਸੀਂ, ਕੀ ਨਾਮ ਸੀ ਪੂਰਾ? ਘਣੀਆਂ ਬਾਜਾ ਥਾੜ ਕਲੱਬ। ਹਾਂਜੀ, ਮੈਨੂੰ ਲੱਗਦਾ ਵੀ ਕੋਈ ਵੀ ਇਹੋ ਜਿਹਾ ਖਿਡਾਰੀ ਨਹੀਂ ਹੋਣਾ ਪੰਜਾਬ ਚੋਂ, ਨੇੜਿਓਂ ਤਾਂ ਚਲੋ ਹੋਊਗਾ, ਵੀ ਮੈਨੂੰ ਉਸ ਕਲੱਬ ਚ ਐਂਟਰੀ ਚਾਹੀਦੀ ਹੈ। ਬਹੁਤ ਕਾਮਯਾਬ ਕਲੱਬ ਸੀ, ਕੀ ਕਾਰਨ ਸੀ ਬੰਦੇ ਇਹੋ ਜਿਹੇ ਕਲੱਬ ਚ ਜੁੜ ਗਏ ਸੀ ਨਾਮਾਂ ਵਾਲੇ? ਜਾਂ ਬਾਜੀ ਇੰਨੀ ਇਨਸਾਫ ਦੀ ਹੁੰਦੀ ਸੀ, ਬੜੇ ਉਤਾਵਲੇ ਸੀ, ਹਰੇਕ ਬੰਦਾ ਚਾਹੁੰਦਾ ਸੀ ਵੀ ਮੈਨੂੰ ਉਸ ਕਲੱਬ ਚ ਬਾਜੀ ਦਿਓ। ਕਲੱਬ ਇੱਕ ਤਾਂ ਨਵਾਂ ਸ਼ੁਰੂ ਕੀਤੇ ਸੀ ਜੀ, ਹਰੇਕ ਨੂੰ ਚਾਹ ਹੁੰਦਾ ਵੀ ਉਸ ਕਲੱਬ ਦੇ ਵਿੱਚ ਛੱਡੀਏ। ਇੱਕ ਕੁੱਲ ਖਿਡਾਰੀ ਹੁੰਦਾ ਸੀ ਜੀ, ਪਹਿਲਾਂ ਖੁੱਲੀਆਂ ਬਾਜੀਆਂ ਹੁੰਦੀਆਂ ਸੀ ਨਾ ਜੀ, ਕੁੱਲ ਖਿਡਾਰੀ ਹੁੰਦਾ ਸੀ ਉਹਦੇ ਚ ਜੀ, ਤੇ ਇੱਕ ਬਾਕੀ ਸਾਡਾ ਐਂ ਸਾਨੂੰ ਵੀ ਚਾਹ ਸੀਗਾ ਵੀ ਆਪਾਂ ਇਨਸਾਫ਼ ਕਰੀਏ। ਸਹੀ, ਬਿਲਕੁਲ, ਸਾਨੂੰ ਤਾਂ ਐਂ ਹੁੰਦਾ ਸੀ ਉਦੋਂ ਵੀ ਸਾਡੇ ਨੂੰ ਕੋਈ ਸਿਆਣਾ ਬੰਦਾ ਆ ਜਾਏ, ਸਾਡੇ ਨੂੰ ਕੋਈ ਜਵਾਕ ਆ ਕੇ ਛੱਡ ਦੇ, ਅਸੀਂ ਤਾਂ ਕਬੂਤਰ ਨੂੰ ਵੇਖਣਾ। ਕਬੂਤਰ ਬਾਈ ਜੀ ਜਿਵੇਂ ਬਾਬਾ ਜੀ ਧੰਨਾ ਦੇ ਮਸ਼ਹੂਰ ਹੋਏ ਆ, ਬਾਬਾ ਜੀ ਜਰਨੈਲ ਦੇ ਬੜੇ ਮਸ਼ਹੂਰ ਹੋਏ ਆ,
ਬਾਬਾ ਜੀ ਰੋਡੇ ਵਾਲੇ ਅੱਜ ਵੀ ਲੋਕ ਯਾਦ ਕਰਦੇ ਹਨਾ, ਪੁੰਨੂ ਵਾਲੇ ਹੋ ਗਏ, ਤੁਸੀਂ ਕਿਹੜੀਆਂ ਨਸਲਾਂ ਨੂੰ ਮੰਨਦੇ ਹੋ ਵੀ ਉਹ ਸਭ ਤੋਂ ਜ਼ਿਆਦਾ ਉਹਨਾਂ ਦੀ ਨਸਲ ਤਕੜੀ ਸੀ? ਤਕੜੇ ਤਾਂ ਸਾਰਿਆਂ ਦੀ ਸੀ ਉਦੋਂ, ਜਿਵੇਂ ਰੋਡੇ ਵਾਲੇ ਕਬੂਤਰ ਸਾਰੇ ਪੁਰਾਣੇ ਬੰਦੇ ਸੀ, ਇਹਨਾਂ ਨੇ ਤਾਂ ਵਧੀਆ ਤੋਂ ਵਧੀਆ ਕਬੂਤਰ ਰੱਖੇ ਖਿਡਾਰੀ। ਬਾਬਾ ਜੀ ਦੇ ਜਿਹੜੇ ਸ਼ਾਹ ਅੱਖੇ ਮੋਜੇ ਸੀ, ਹਾਂ ਉਹਨਾਂ ਦੀ ਗੱਲ ਕਰਦੇ ਹਾਂ, ਸ਼ਾਹ ਅੱਖੇ ਵੀ ਸੀ ਜੀ, ਚਿੱਟੀ ਖੱਟੀਆਂ ਦੇ ਵੀ ਸੀਗੇ ਜੀ, ਖੱਟੀਆਂ ਦੇ ਵੀ ਸੀਗੇ ਜੀ, ਚੰਗੇ ਸੀ ਸਾਰਿਆਂ ਕੋਲ, ਟੋਪ ਕਬੂਤਰੀ ਸੀਗੇ ਪੁਰਾਣੇ ਖਿਡਾਰੀ, ਇਹਨਾਂ ਕੋਲ ਮੇਲ ਸੀ ਭਾਗ ਕੇ ਸੀਗੇ ਜਿਵੇਂ ਜੀ, ਹਾਂ ਤੇ ਰੋਲਦੂ ਬਾਬਾ ਜੀ, ਪੁਰਾਣੇ ਖਿਡਾਰੀਆਂ ਕੋਲ ਸਾਰਿਆਂ ਕੋਲ ਤਕਰੀਬਨ ਕਬੂਤਰੀ ਹੈ। ਮਤਲਬ ਆਪਣੇ ਕੋਲੇ ਕੋਈ ਉਹੋ ਜਿਹੀ ਨਸਲ ਜਿਹਦੀ ਤਮੰਨਾ ਆਪਾਂ ਨੂੰ ਰਹਿੰਦੀ ਹੋਵੇ ਵੀ ਯਾਰ ਆਪਣੇ ਕੋਲੇ ਨਾ ਜੇ ਫਲਾਨੀ ਨਸਲ ਹੁੰਦੀ ਨਾ, ਸ਼ਾਇਦ ਆਪਾਂ ਆਪਣੇ ਇਸ ਕਬੂਤਰਾਂ ਨਾਲ ਕ੍ਰਾਸ ਲਾ ਕੇ ਆਪਾਂ ਅੱਜ ਹੋਰ ਨਾਂ ਉੱਚਾ ਕਰਨਾ ਸੀ। ਚਲੋ ਐਂ ਤਾਂ ਹੁੰਦੇ ਜਿਵੇਂ ਕਾਕੇ ਵਾਲੇ ਕਬੂਤਰ ਸੀਗੇ ਜੀ, ਥੋੜੇ ਜਿਹੇ ਕਾਕਾ ਬਾਈ ਨਵਾਂ ਕਿਲਾ, ਨਵੇਂ ਕਿਲੇ ਵਾਲੇ ਜੀ, ਇਹਨਾਂ ਦੀ ਹੁੰਦੀ ਆ ਵੀ ਥੋੜੇ ਜਾਂਦੇ ਘੱਟ ਹੈ ਜੀ, ਇਹਨਾਂ ਦੀ ਤਾਂ ਵੱਧ ਕਬੂਤਰ ਉੱਡਦਾ ਗਰਮ ਉੱਡਦਾ ਉਹਦੇ ਨਾਲ ਲਾ ਕੇ ਜਾਣੀ ਬਰੀਡ ਵਧੀਆ ਰਹਿੰਦੀ ਹੈ। ਇਹ ਬਾਈ ਦੇ ਮੋਤੀ ਇੱਕ ਬੜਾ ਮਸ਼ਹੂਰ ਹੋਇਆ ਸੀ, ਹਾਂਜੀ ਇੱਕ ਬਾਈ ਦੇ ਡੱਬੇ, ਡੱਬੇ ਇਹਨਾਂ ਤੋਂ ਕਿਹੜੇ ਕਬੂਤਰਾਂ ਦੀ ਥੋੜੀ ਤਮੰਨਾ ਸੀ ਵੀ ਆਪਣੇ ਕੋਲ ਉਹ ਰੱਖਦੇ ਆਪਾਂ ਉਹ ਚੰਗੇ ਡੱਬੇ ਆਵਾਂ? ਜੀ ਮੋਤੀ ਤੇ ਮੋਤੀ ਦਾ ਭਰਾ ਦੋ ਹੁੰਦੇ ਸੀ ਜੀ, ਇੱਕ ਡੱਬੀਆਂ ਕੱਢਦਾ ਸੀ ਜੀ, ਇੱਕ ਚਿੱਟੇ ਕੱਢਦਾ ਸੀ ਜੀ, ਸਕੇ ਭਰਾ ਸੀ ਮਾਵਾਂ ਦੋਵਾਂ ਦੇ ਸੀ ਜੀ, ਦੋਵੇਂ ਤਾਂ ਚੰਗੀਆਂ ਸੀ ਜੀ। ਇੱਕ ਸੁੱਖਣ ਵਾਲੇ ਹੋ ਗਏ ਬਾਈ ਜੀ, ਮੋਟਰਸਾਈਕਲ ਜਿੱਤਿਆ ਬਹੁਤ ਵੱਡੀ, ਮਤਲਬ ਇੱਕ ਨਾ ਭਚਾਲ ਆ ਗਿਆ ਸੀ, ਹਾਂਜੀ ਹਾਂਜੀ ਹਨਾ ਲੋਕਾਂ ਚ ਵੀ ਬਾਈ ਇੰਨੀ ਵੱਡੀ ਬਾਜੀ। ਇੱਕ ਤੁਹਾਡਾ ਇੱਕ ਬਾਈ ਗੁਲਜ਼ਾਰ ਦਾ ਨਾਂ ਆਇਆ ਸੀ, ਉਸੇ ਕਲੱਬ ਗੁਲਾਬ ਜਿੱਤੀ ਸੀ ਨਾ, ਮੰਨ ਕੇ ਚੱਲੋ ਵੀ ਜਿਹੜਾ ਖਿਡਾਰੀ ਸੀ ਨਾ ਇੱਕ ਵਾਰੀ ਜਿਹੜਾ ਤੁਹਾਨੂੰ ਨਹੀਂ ਜਾਣਦਾ ਸੀ ਉਹ ਮੋਬਾਈਲ ਤੇ ਫੋਟੋ ਵੇਖਦਾ ਸੀ ਯਾਰ ਵੀ ਕੌਣ ਹੈ ਰਾਜ। ਉਸ ਤੋਂ ਇਲਾਵਾ ਹੋਰ ਕਿਹੜੀ ਬਾਜੀ ਸੀ ਜਿਹੜੀ ਤੁਹਾਨੂੰ ਲੱਗੀ ਹੋਵੇ ਯਾਰ ਆਹ ਬਾਜੀ ਵੀ ਭਾਵਾਂ ਆਪਾਂ ਇੱਥੋਂ 6,85,000 ਹੀ ਜਿੱਤਿਆ ਪਰ ਯਾਦਗਾਰ ਬਾਜੀ ਆਪਣੀ ਤਾਂ ਉਹ ਫਲਾਨੀ ਸੀ, ਉੱਥੋਂ ਭਾਵਾਂ ਤੁਹਾਨੂੰ 10,000 ਹੀ ਆਇਆ ਹੋਵੇ? ਬਾਜੀਆਂ ਤਾਂ ਕਈ ਯਾਦਗਾਰ ਵਾਲੀਆਂ ਜੀ, ਹੈਂ ਕੋਈ ਉਹਨਾਂ ਦਾ ਕਿੱਸਾ ਸਾਨੂੰ ਜ਼ਰੂਰ ਸੁਣਾਓ ਹਨਾ। ਜਿੱਦੇ ਗੁਲਜ਼ਾਰ ਜਿੱਦਾ ਜੀ, ਅਸੀਂ ਕਬੂਤਰ ਉੱਥੇ ਹੀ ਲੈ ਗਏ ਸੀਗੇ ਸਾਂਭਣ ਵਾਸਤੇ ਸੁੱਖਣ ਵਾਲੇ ਜੀ, ਤੇ ਮੈਂ ਅਗਲੇ ਦਿਨ ਜਾ ਕੇ ਮੈਂ ਮੇਰਾ ਮੁੰਡਾ ਗਿਆਨੀ ਕਬੂਤਰ ਡਾਉਂਦਾ ਸਿੱਖ ਜੀ, ਉਹਨੂੰ ਸਰੋਂ ਬੱਸ ਚੜਾਤਾ ਜੀ, ਖਾਨਪੁਰ ਜਾ ਕੇ ਕਬੂਤਰੀ ਛੱਡਤੀ ਉਹਨੇ ਜਾ ਕੇ, ਉੱਥੋਂ ਲੁਧਿਆਣੇ ਮੁੰਡਾ ਛੱਡਿਆ ਜੀ, 100 ਤੋਂ ਜ਼ਿਆਦਾ ਕਬੂਤਰ ਸੀ ਜੀ, 4.5 ਨੂੰ ਇਕੱਲੇ ਨੇ ਜਿੱਤ ਲਏ। ਤੁਸੀਂ ਇਕੱਲੇ ਬੱਸ ਤੇ ਚੜਾ ਕੇ, ਬੱਸ ਤੇ ਚੜ੍ਹ ਕੇ ਗਏ ਪਿੰਜਰਾ ਦੇ ਕੇ ਇਕੱਲੇ ਨੇ ਜੀ, ਇੱਕ ਮੋਟਰਸਾਈਕਲ ਸੀਗਾ ਜੀ। ਉਸ ਬਾਜੀ ਦਾ ਜਿਹੜਾ ਕਿੰਨਾ 2,00,000 ਤੇ ਮੋਟਰਸਾਈਕਲ, 2,00,000 ਤੇ ਮੋਟਰਸਾਈਕਲ, ਇੱਕ ਇਹ 2,00,000 ਤੇ ਮੋਟਰਸਾਈਕਲ ਹੋ ਗਿਆ ਜੀ, ਇੱਕ ਇਹ 6,85,000 ਤੇ ਮੋਟਰਸਾਈਕਲ ਹੋ ਗਿਆ। ਕਈ ਵਾਰੀ ਹੁੰਦਾ ਵੀ ਖੁਸ਼ੀ ਆਪਾਂ ਨੂੰ ਉਸ ਬਾਜੀ ਦੀ ਵੱਧ ਹੁੰਦੀ ਹੈ, ਖੁਸ਼ੀ ਜਸਵਿੰਦਰ ਨੂੰ ਪਤਾ ਸ਼ੇਰ ਸਵਾਲੀ ਬੜੀ ਹੋਈ। ਹਾਂਜੀ ਥੋੜੀ ਅਗਲੀ ਸਾਲੀ, ਹਾਂਜੀ ਹਾਂਜੀ ਲੋਕਡਾਊਨ ਦੀ ਬਾਜੀ ਸੀ ਜੀ, ਫਿਰਦਾ ਲੋਕਡਾਊਨ ਦੀ ਬਾਜੀ ਸੀ ਜੀ, ਜੀ ਲੋਕਡਾਊਨ ਦੀ ਬਾਜੀ ਤੇ ਅਸੀਂ 50 ਕਬੂਤਰ ਛੁੱਟੇ ਇੱਥੇ ਸ਼ੇਰ ਸੋਂ ਵਾਲੇ ਜੀ, ਮੇਰਾ ਤਾਂ ਵਿੱਚ ਹੈ ਨਹੀਂ ਸੀ ਵਿੱਚ ਕਲੱਬ ਦੇ, ਤੇ ਮੈਂ ਮੌਕੇ ਤੇ ਕਰਕੇ ਜਾਣੀ ਕਿਸੇ ਦੇ ਨਾਂ ਤੇ ਮਗਧ ਲਾਲ ਦੇ ਨਾਂ ਤੇ ਕਬੂਤਰ ਛੱਡਤਾ ਜੀ, ਕਬੂਤਰ ਮੇਰੀ ਥੱਲੇ ਪੱਧਰ ਪੱਧਰ ਉੱਡਦੀ ਸੀ, 11 ਕੁ ਵਜੇ ਜਮਾਂ ਜਾਣੀ ਪੱਧਰ ਹੀ ਹੋ ਗਈ ਜੀ। ਸੁਰਿੰਦਰ ਮੈਨੂੰ ਆਹਦਾ ਬਈ ਆਪਣੇ ਤਾਂ ਸਾਰੇ ਚੜ ਗਏ, ਆਪਣਾ ਕਬੂਤਰ ਨਹੀਂ ਰਹੇਗਾ ਕੋਈ ਵੀ, ਮੈਂ ਆਖਿਆ ਕਰਾਣੇ ਮੋਟਰ ਦੀ ਬਾਹਲੀ ਚੰਗੀ ਉੱਡਦੀ ਸੀ ਘਰੇ, ਮੈਨੂੰ ਬਾਈ ਦਿਨ ਛਪਾਉਂਦੀ ਆ ਜੀ, ਮੈਂ ਖੂਹ ਫਿਰਦੀ ਆ ਕਿ ਬਾਕੀ ਤਾਂ ਹੁਣੇ ਵੀ ਆ ਜੀ, ਗਰਮੀ ਬਾਹਲੀ ਸੀ ਆਂ ਤੇ 43 ਡਿਗਰੀ ਸੀ ਜੀ, ਤੇ ਐ ਕਰਦੇ ਕਰਦੇ ਤੇ ਆਪਣੀ ਪੱਧਰ ਫਿਰਦੀ ਰਹੀ ਜੀ। ਹਰਦੀਪ ਮੈਨੂੰ ਆਂਦਾ ਕਿ ਡੈਡੀ ਮੈਂ ਬਾਜੀ ਤੇ ਆਉਣਾ, ਪਹਿਲੀ ਬਾਜੀ ਤੇ ਬੇਟਾ ਤੋਂ ਗਿਆ ਸੀ
ਇੱਕ ਮੇਰਾ ਪੋਤਰਾ ਸੀ ਉਹ ਨਾ ਲਿਖ, ਮੈਂ ਕਿਹਾ ਗਰਮੀ ਵਾਲੀ ਆ ਪੁੱਤ ਝੁਲੋਇਆ ਜਾਏਗਾ, ਤੂੰ ਲੈਣਾ ਕੀ ਹੈ? ਹਾਂ ਡੈਡੀ ਮੈਂ ਆਉਣਾ ਹੈ। ਲਾਈਟ ਬਾਜੀ ਸੀਜ਼ਨ ਦੀ ਜੀ, ਤੇ ਜਦੋਂ ਇਹ ਨਾ ਹਟਿਆ ਆ ਗਿਆ ਉੱਥੇ ਜੀ, ਜਾਂਦੇ ਨੂੰ ਅਸੀਂ ਮੱਖ ਚਾਰਾਂ ਦੀ ਬਾਜੀ, ਮੈਨੂੰ ਹੈਪੀਆਂ ਬਾਜੀ ਵੰਡਦੇ ਚਾਰਾਂ ਦੀ ਮੱਖ ਵੰਡਦੇ, ਹੁਣ ਮੇਰੀ ਤਾਂ ਪੱਧਰੀ ਫਿਰਦੀ ਥੱਲੇ, ਉਹ ਤਰੁੱਚੇ ਖੜੇ ਸੀ। ਇੱਕ ਪਤਾ ਨੀ ਕਿਸੇ ਨੇ ਕਹਿਤਾ ਭਾਈ ਅਖੇ ਨਹੀਂ ਕਰਨੀ ਗੀ, ਅਖੇ ਦੀ ਬਹਿ ਜਾਂਦੇ ਫਿਰ ਕਰਾਂਗੇ ਜੀ। ਇੰਨੇ ਚਿਰ ਨੂੰ ਜਾਂਦਾ ਹਰਦੀਪ ਵੀ ਉੱਥੇ ਜਾਂਦਾ ਰਿਹਾ, ਹਰਦੀਪ ਜਾਂਦੇ ਨੇ ਇੱਕ ਹੋਰ ਬਹਿ ਗਿਆ ਜੀ। ਹਰਦੀਪ ਡੈਡੀ ਨਾ ਕਰੀ ਕੁਛ ਨੀ, ਹਰ ਦਿਨ ਤਾਂ ਕੋਈ ਬਾਤ ਨੀ, ਦਿੱਤਾ ਨਹਿ ਚੱਲ ਨੰਬਰਾਂ ਚਾਹ ਜੀ, ਨੰਬਰਾਂ ਦੀ ਬਾਜੀ ਆ ਜੀ। ਉਹ ਰੱਬ ਨੇ ਜਦੋਂ ਦੇਣਾ ਹੋਵੇ, ਮੈਂ ਤਾਂ ਚੌਥੇ ਲੈ ਕੇ ਦਿੰਦਾ ਸੀ ਹਿੱਪੀ ਮੈਨੂੰ ਜੀ, ਰੱਬ ਨੇ ਮੈਨੂੰ ਸਾਰੇ ਪੈਸੇ ਦਿੱਤੇ, ਮੈਂ ਇਕੱਲੇ ਜਿੱਤ ਗਿਆ ਟੋਟਲ ਸਾਰੇ। ਹਾਂ ਬਾਈ ਨਾਲ ਥੋੜਾ ਜਿਹਾ ਜ਼ਿਕਰ ਕੀਤਾ ਸੀ, ਕੁਛ ਬਾਈ ਬੋਲਦਾ ਸੀ ਜਲਾਉ ਬਾਜੀ ਹੁਣ ਚਾਰਾਂ ਨੀ ਕਰਦੇ ਸੀ, ਉਹ ਤਾਂ ਸਾਰੇ ਲੋਟ ਵਾਲੇ ਸੀਗੇ, ਉਹਨੂੰ ਮਾੜੀ ਕਰਕੇ ਨਹੀਂ ਕਰਦੇ ਚੱਲ ਜੀ, ਹੋਈ ਨਾ ਜਾਣਾਂ ਦੀ ਜੀ। ਹਾਂ ਘਰੇ ਥੋੜੀ ਅੱਜ ਬਾਈ ਜੀ, ਤੁਸੀਂ ਵੀ ਪੂਰੇ ਸਿਖਰਾਂ ਤੇ ਹੋ ਹਨਾ, ਵੀ ਆਪਾਂ ਇੱਕ ਨੰਬਰ ਦੇ ਖਿਡਾਰੀ ਕਹਿ ਸਕਦੇ ਹਾਂ ਤੁਹਾਨੂੰ ਵੀ ਹਨਾ। ਇੱਥੇ ਬਾਜੀਆਂ ਹੋਰ ਕਿਹੜੇ ਮਤਲਬ ਖਿਡਾਰੀ ਆ ਜਿਹੜੇ ਟੱਕਰ ਦੇ ਜਾਂਦੇ ਆ ਤੁਹਾਨੂੰ? ਟੱਕਰ ਤਾਂ ਤਕਰੀਬਨ ਸਾਡੇ ਚ ਸਾਰੇ ਟੱਕਰ ਵਾਲੇ ਹੀ ਹੈ ਬਾਈ ਜੀ, ਸਾਡਾ ਪੁਰਾਣਾ ਹਾਂ ਤੇ ਇਕੱਠੇ ਛੱਡਦੇ ਨੇ ਬਾਜੀਆਂ। ਹਰੀ ਵਾਲੇ ਜਸਵਿੰਦਰ ਕੇ ਵੀ ਕਬੂਤਰ ਬਹੁਤ ਚੰਗੇ ਉੱਡਦੇ ਆ। ਹਾਂ ਜਸਵਿੰਦਰ ਕੇ ਬਹੁਤ ਵਧੀਆ ਕਬੂਤਰ, ਸਿਰੇ ਵਾਲੇ ਕਬੂਤਰ ਹੈ ਇਹ ਤਾਂ, ਫਿਰ ਤੁਹਾਨੂੰ ਪਤਾ ਹੀ ਆ ਫਿਰ ਆਪਣੇ ਇਹ ਸਿਰਾ ਹੈ ਹਨਾ। ਜਿੱਦੇ ਇਹਨਾਂ ਨੇ ਬਾਈ ਆਪਣੇ ਮੋਢੂ ਨੇ ਜੀਪ ਜਿੱਤੀ ਸੀ ਹਨਾ, ਇਹ ਵੀ ਨੰਬਰ 1 ਦੀ ਪੋਜੀਸ਼ਨ ਤੇ ਉਹਦੇ ਦੇ ਖੜੇ ਆ ਹਨਾ। ਬਹੁਤ ਔਖਾ ਸੀ ਉਸ ਹੱਡਾਂ ਵਾਲੀ ਬਾਜੀ ਚੋਂ, ਬਹੁਤ ਹੱਡਾਂ ਵਾਲੀ ਜਿਹੜੀ ਬਾਜੀ ਹੈ ਨਾ ਬਾਈ ਜੀ, ਬਹੁਤ ਔਖਾ ਸੀ ਕਿਸੇ ਨੂੰ ਜਿੱਤਣਾ ਹਨਾ। ਤੇ ਸ਼ਾਇਦ ਜਿੱਦੇ ਮੈਨੂੰ ਲੱਗਦਾ ਵੀ ਉਹ ਬਾਜੀ ਜਿੱਤੀ ਇਹਨਾਂ ਨੇ, ਵੀਡੀਓ ਤੇ ਵੀਡੀਓ ਗਰੁੱਪਾਂ ਦੇ ਵਿੱਚ ਪੂਰੀ ਟੌਪ ਆਉਂਦੀ ਸੀ। ਪਹਿਲਾਂ ਡੋਗ ਜਿੱਤੀ ਜੀ, ਪਹਿਲਾਂ ਡੋਗ ਛੱਡੀ ਸੀ ਜੀ, ਪਹਿਲਾਂ ਡੋਗ ਛੱਡੀ ਸੀ ਉੱਥੇ ਜਿੱਤ ਕੇ ਵੀ ਫਿਰ ਉੱਥੇ ਜਿੱਤੀ ਹੈ ਜੀ। ਜੀ ਕਿਹੜੇ ਬੰਦਿਆਂ ਨਾਲ ਕਈ ਵਾਰੀ ਹੁੰਦਾ ਵੀ ਆਪਾਂ ਇੱਥੇ ਸਾਂਝੀ ਨੀ ਕਰਨੀ ਪਾਉ ਬਾਈ ਨਾਲ, ਜਸਵਿੰਦਰ ਨਾਲ ਲਿਆ ਜਾ ਜਾਂ ਐਂ ਆ ਵੀ ਅੱਜ ਯਾਰ ਕੋਈ ਗੱਲ ਨੀ ਹੁੰਦਾ ਨਾ। ਕਈ ਵਾਰੀ ਬੜੇ ਬੰਦੇ ਵੇਖਿਆ ਮੈਂ, ਦੋਸਤੀ ਹੁੰਦੀ ਹੈ ਤੇ ਉਦੋਂ ਨਾ ਫੋਨ ਬੰਦ ਕਰ ਜਾਂਦੇ ਆ ਆਪਦਾ ਹਨਾ, ਵੀ ਪਾਸੇ ਯਾਰ ਕੋਈ ਨੀ, ਅੱਜ ਆਪਾਂ ਇਹਦੇ ਨਾਲ ਨੀ ਕਰਨੀ ਯਾਰ, ਕਬੂਤਰ ਇਹਦਾ ਵੀ ਤਕੜਾ। ਕਦੇ ਇਹੋ ਜਿਹੀ ਹੋਈ ਹੈ ਤੁਹਾਡੀ ਗੱਲਬਾਤ ਆਪਸ ਚ? ਸਾਡੇ ਹੈਗੇ ਬੰਦੇ ਵਿੱਚ ਫੋਨ ਵੀ ਬੰਦ ਕਰਦੇ, ਕੋਲੇ ਖੜੇ ਵੀ ਕਰਦੇ। ਅੱਛਾ ਜੀ, ਤੁਹਾਡੇ ਨਾਲ ਬਾਈ ਹੋਈ ਕਦੇ? ਸਾਡੇ ਨਾਲ ਸਾਨੂੰ ਤਾਂ ਪਾਉਣਾ ਕਦੇ, ਅਸੀਂ ਇੰਨੇ ਕਿਤੇ ਸਾਨੂੰ ਨੌਬਤ ਨੀ ਆਈ, ਕਿਤੇ ਨੌਬਤ ਨੀ ਆਈ। ਹਾਂ ਆਹ ਪੱਖੀ ਆਹ ਹੀ ਕਰ ਗਿਆ ਸਾਡੇ ਨਾਲ, ਪੱਖੀ ਸਭ ਤੋਂ ਵੱਧ ਇਹਦਾ ਉੱਡਿਆ। ਅੱਛਾ ਜੀ, ਬਾਜੀ ਸੀ ਇਹਦਾ ਚੌਥਾ ਬਹਿ ਗਿਆ, ਮੇਰਾ ਪੰਜਵਾਂ ਬਹਿ ਗਿਆ ਜੀ, ਤੇ ਤਿੰਨਾਂ ਜਿਹੜੀ ਬਾਜੀ ਵੱਡੀ ਹੈ ਉਹ ਸਾਡੇ ਹੀ ਖੜੀ ਹੈ ਸਾਡੇ। ਮਤਲਬ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ? ਹੈ ਸਭ ਤੋਂ ਵੱਧ ਇਹਦਾ ਉੱਡਿਆ। ਕੀ ਬਾਈ ਵਿਚਾਰ ਆਇਆ ਉਹਦੇ ਮਨ ਚ? ਬਹੁਤ ਖੁਸ਼ੀ ਹੋਈ ਗਈ, ਵੱਡੀ ਬਾਜੀ ਸੀ ਉਹਦੇ ਨਾਲ ਕਲੱਬ ਦੀ। ਅੱਛਾ ਜੀ, ਮੋਟਰਸਾਈਕਲ ਜਿੱਤੇ ਜੀ, ਤੇ ਜੇ ਭਰਾਵਾਂ ਨੂੰ ਥੋੜਾ ਥੋੜਾ ਹਿੱਸਾ ਮਿਲ ਜਾਂਦਾ ਤਾਂ ਉਹਦੇ ਚ ਕੀ ਹੁੰਦਾ ਸੀ? ਇਹਨੇ ਦੇ ਵਿੱਕੀ ਨੇ ਤੇ ਇੱਕ ਸੀਗਾ ਹਾਂ ਜੀ, ਤਿੰਨਾਂ ਨੇ ਵੱਡੀ ਜੀ, ਇਹ ਫਿਰ ਇਹਨੇ ਸਾਨੂੰ ਛੇਡਾਂ ਵੀ ਕਰਨੀਆਂ ਸੀ, ਬਾਅਦ ਚ ਤਾਂ ਨਹੀਂ ਦਿੱਤਾ ਹਿੱਸਾ ਜੀ। ਬਾਕੀ ਗੱਲ ਬਾਅਦ ਚ ਤੋਰਾਂਗੇ, ਪਹਿਲਾਂ ਤੁਸੀਂ ਖਾਰੇ ਵਾਲੀ ਗੱਲ ਸੁਣਾ ਦਿਓ। ਖਾਰੇ ਵਾਲੀ ਹੁਣ ਤੂੰ ਸੁਣਾ, ਦੱਸੋ ਦੱਸੋ ਕੋਈ ਨੀ। ਖਾਰੇ ਪੰਜ ਰਹਿ ਗਏ ਸੀ, ਬਾਈਆਂ ਦਾ ਸਾਂਝੀ ਮੈਂ ਕੋਈ ਨੀ ਖੜਦਾ ਜੀ, ਬਾਈ ਦਾ ਬਹਿ ਗਿਆ ਸੀ ਚਾਰਾਂ ਨੀ ਕਰਨੀ ਜੀ, ਮੈਨੂੰ ਭਾ ਗਏ ਮੁੜ ਕੇ ਨਾਲ ਕਰ ਲਈ, ਮਤਲਬ ਬਾਜੀ ਸਾਂਝੀ ਕਰ ਲਈ, ਤੁਹਾਨੂੰ ਹਿੱਸਾ ਨੀ ਦਿੱਤਾ। ਖੁਸ਼ੀ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਹਾਂ
ਤੁਸੀਂ ਕਬੂਤਰ ਨੀ ਦਿੱਤਾ ਹੋਣਾ ਕਦੇ, ਕੋਈ ਗੱਲ ਨੀ ਸੀ, ਕਬੂਤਰ ਤਾਂ ਨੇ ਕਈ ਬਾਜੀਆਂ ਜਿੱਤੀਆਂ। ਅਗਲੀ ਗੱਲ ਕਰਦੇ ਆਪਾਂ ਬਾਈ ਕਬੂਤਰਾਂ ਦੀ, ਹਨਾ ਜਿਹੜੀ ਮੇਨ ਗੇਮ ਚੱਲਦੀ ਹੈ ਨਾ ਇਹ ਆਪਣੀ ਜੋੜੇ ਲਾਉਣ ਤੋਂ ਚੱਲਦੀ ਹੈ, ਹਨਾ। ਜਦੋਂ ਆਪਾਂ ਜੋੜਾ ਲਾਉਣਾ ਉਦੋਂ ਫਿਰ ਕਿਹੜੇ ਕਿਹੜੇ ਬਾਈਆਂ ਨਾਲ ਰੈ ਕਰਦੇ ਹੋ ਵੀ ਯਾਰ ਆਪਾਂ ਐਤਕੀ ਕਿਹੜੇ ਜੋੜੇ ਲਾਈਏ, ਕਿਹਦੇ ਬੱਚੇ ਵੱਧ ਉੱਡਣਗੇ, ਉਹਦੇ ਬਾਰੇ ਜ਼ਰੂਰ ਦੱਸੋ, ਹਨਾ। ਉਹ ਜੋੜੇ ਕਿਵੇਂ ਤੁਸੀਂ ਲਾਉਂਦੇ ਹੋ, ਅੱਡ ਅੱਡ ਖੂਨ ਦੇ ਲਾਉਂਦੇ ਹੋ, ਨੇੜੇ ਦੇ ਲਾਉਂਦੇ ਹੋ, ਜਾਂ ਇੱਕ ਦੂਜੇ ਤੋਂ ਲੈ ਕੇ ਆਉਂਦੇ ਹੋ, ਜਾਂ ਬਾਈ ਰਹਿ ਦਿੰਦੇ ਹੋ ਤੁਹਾਨੂੰ, ਕਈ ਵਾਰੀ ਆਪਦਾ ਬੰਦੇ ਦਾ ਦਿਮਾਗ ਨਹੀਂ ਕੰਮ ਕਰਦਾ। ਸਾਰੇ ਸਿਆਣੇ ਆ ਜੀ, ਸਾਰਿਆਂ ਕੋਲ ਕਬੂਤਰ ਚੰਗੇ ਆ ਜੀ, ਹੁਣ ਬੋਰਡ ਆ ਜਾਂ ਇਹ ਆ, ਸਾਰਿਆਂ ਨੂੰ ਪਤਾ ਜੀ ਚੰਗੇ ਕਬੂਤਰ ਹੈ ਜੀ, ਇਨ ਤਰੀਕੇ ਨਾਲ ਉੱਡਦੇ ਆ ਜਿਹੜੇ ਜੋੜਿਆਂ ਦੀ ਉਹ ਨਸਲਾਂ ਜੀ, ਉਵੇਂ ਲਾ ਲੈਂਦੇ ਆ, ਪੁੱਛਣ ਦੀ ਲੋੜ ਪੈਂਦੀ ਨਹੀਂ ਪੈਂਦੀ ਲੋੜ। ਹੋਰ ਕੋਈ ਯਾਦਗਾਰ ਬਾਜੀ ਕਿਸੇ ਆਪਣੇ ਪੁਰਾਣੇ ਖਿਡਾਰੀ ਦੀ ਗੱਲ ਕਰਦੇ ਆ, ਅੱਜ ਕੱਲ ਤਾਂ ਨਵੇਂ ਤਾਂ ਬਹੁਤ ਹੈ, ਕਦੇ ਕੋਈ ਯਾਦਗਾਰ ਪਲ ਰਹੇ ਹੋਣ ਕਿਸੇ ਪੁਰਾਣੇ ਖਿਡਾਰੀ ਨਾਲ ਜਿਹੜੇ ਇਸ ਦੁਨੀਆਂ ਦੇ ਨਹੀਂ ਰਹੇ? ਉਹਦੇ ਨਾਲ ਮੋਹਨ ਸੋਹਣ ਨਾਲ ਛੱਡਦੇ ਰਹੇ, ਕੇਰਾਂ ਸੀ ਕਬੂਤਰ ਛੱਡਿਆ ਨਵੇਂ ਕਲੇ ਜੀ, ਤੇ ਇੱਕ ਬੋੜਾ ਸੀ ਗੁਲਾਬੇ ਵਾਲੇ ਦਾ ਜੀ, ਇੱਕ ਮੋਹਨ ਸੋਹਣ ਦਾ, ਹਨਾ ਬੋੜਾ ਕਿ ਉਹ ਦੋ ਰਹਿ ਗਏ ਸੀ ਆਪਣੇ ਜੀ, ਲਾਲ ਸਰਾ ਛੱਡਿਆ ਮੌੜੀ ਬਾਜੀ ਸੀ ਜੀ, ਮੌੜੀ ਬਾਜੀ ਸੀ ਤੇ ਆਪਾਂ ਬੁੜ ਚੀਨੀ ਛੱਡੀ ਸੀ ਮਰਾਦ ਵਾਲੀ, ਮੌੜੀ ਮੋਹਨ ਸਿੰਘ ਸੀਗਾ ਨਾ ਸੀਗੇ ਬਰਮਪੁਰ ਵਾਲੇ ਆਉਂਦੇ ਜਿੱਥੇ ਜੀ, ਅਸੀਂ ਬਾਈ ਛੱਡੀ ਸਾਡੀ ਕੂਤਰੀ ਨਿਕਲ ਕੇ ਸਵਾਗੇ ਜਾਵੜੀ ਜੀ, ਉਦੋਂ ਬੱਸ ਤੇ ਆਉਂਦੀ ਹੁੰਦੀ ਸੀ ਤਾਂ ਖਿੜਕੀਆਂ ਨੂੰ ਕੰਟਾ ਆਈ ਜਾਂਦਾ ਸੀ ਸਵਾਗਾਂ ਦੀ ਜੀ, ਤੇ ਉੱਥੇ ਆਉਂਦੇ ਵੀ ਕਿਉਂਕਿ ਚੀਨੀ ਕੁਦਰੀ ਹੁੰਦੀ ਸੀ, ਉਹਨਾਂ ਦਾ ਵੀ ਤਾਂ ਸਵਾਗੀ ਫਿਰਦੀ ਹੈ ਕੰਟੇ ਨੂੰ ਦੱਸਿਆ ਜੀ, ਉੱਥੇ ਜਾਵੜੀ ਸਾਡੀ ਜੀ, ਉਹ ਸਾਡੀ ਕੱਟੀ ਗਈ 10 ਵਜੇ ਕੱਟਤੀ ਜੀ, ਅਸੀਂ ਇਹੋ ਜਿਹੀ ਹੁੰਦੇ ਸੀ, ਬਾਈ ਜਗਨੰਦਰ ਨਾਲ ਸੀ ਜੀ, ਸਾਂ ਦਾ ਅਸੀਂ ਤਾਂ ਦੁਬਾਰੇ ਮੁੱਢ ਦੇ ਕੇ ਫਿਰ ਵਿੱਚ ਕਰਦੇ ਹਾਂ ਜੀ, ਉਹ ਬਰਮਪੁਰ ਵਾਲੇ ਸੀ ਉਹਨਾਂ ਦੇ ਵੀ ਚੱਲ ਜਵਾਕਾਂ ਦੀ ਫਿਰ ਕਰਾ ਲਓ ਜੀ, ਅਸੀਂ ਦੁਬਾਰੇ ਮੁੱਢ ਭਰ ਕੇ ਫਿਰ ਦੁਬਾਰੇ ਕਰਤੇ, ਸਾਡੀ ਕੁਦਰਤ ਉੱਥੇ ਆ ਗਈ ਜੀ, ਸਾਰੇ ਝਾੜਤੇ ਸਾਡਾ ਤੇ ਮੋਹਣ ਸੁਣਦੇ ਰਹਿ ਗਏ। ਗੱਲ ਆਪਾਂ ਬਾਈ ਜੀ ਇੱਕ ਦੂਸਰਾਂ ਦੀ ਰਹਿ ਗਈ ਸੀ ਉਹ ਕਰਦੇ ਹਾਂ, ਤੁਹਾਡੀ ਦੂਸਰ ਵੀ ਬਹੁਤ ਵਧੀਆ, ਇੱਕ ਬਾਈ ਖਿੜਕੀਆਂ ਵਾਲਾ ਕੰਤਾ ਹੋ ਗਿਆ, ਜਸਬੀਰ ਸਿੰਘ ਬਾਦਲ ਸੀ ਟਮਾਣਾ ਤਾਂ ਚਲੋ ਉਹਨਾਂ ਦੇ ਨਾਲ ਹੀ ਸੀ ਉਦੋਂ ਬਾਈ ਦੇ, ਕੀਪਾ ਹੋ ਗਿਆ ਮਲੋਟ ਵਾਲਾ, ਠਾੜ ਚੋਂ ਆਪਣੇ ਆ ਗਏ ਬਾਈ ਰੋਬਨ ਸਾਧੂਕੇ ਵਾਲੇ, ਉਹਨਾਂ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਸੈਕਟਰੀ। ਸਭ ਤੋਂ ਵਧੀਆ ਜਦੋਂ ਦੁਸਰ ਕਿਹੜਾ ਵਧੀਆ ਮੋੜਦਾ ਸੀ ਜਿਹਦੇ ਵੱਧ ਕਬੂਤਰ ਜਿੱਤਦੇ ਸੀ? ਵੱਧ ਤਾਂ ਇਉਂ ਆ ਵੀ ਕਈ ਥਾਈਂ ਤਾਂ ਕਿਹੜੇ ਹੁੰਦੇ ਸੀ, ਕੇਰਾਂ ਜਿਵੇਂ ਮੋਦਲੇ ਬਾਈ ਛੱਡੀ ਹੈ, ਬਾਬਾ ਰੋਲਦੂ ਸੀ ਜਿਵੇਂ ਨਾਮ ਇਹਨਾਂ ਦਾ ਕਬੂਤਰ ਮੋੜਿਆ ਜੀ, ਤੇ ਜਸਵੀਰ ਦਾ ਤੇ ਰੋਲਦੂ ਰਹਿੰਦੇ ਰਹਿ ਗਿਆ ਜੀ, ਜਾਂ ਜਸਵੀਰ ਤੂੰ ਤਕੜਾ ਸੀ ਪੂਰਾ ਬਈ ਦੂਸਰਾਂ ਨੂੰ ਜੀ ਬਾਦਲ ਕੇ ਜੀ, ਉਦੋਂ ਤਾਂ ਫਿਰ ਇਹ ਪੁਰਾਣੇ ਬੰਦੇ ਜਸਵੀਰ ਤੇ ਜਸਵੀਰ ਹੋਣ ਵਾਲੇ ਦੂਸਰਾਂ ਦੇ, ਕਿਉਂਕਿ ਇਹ ਸਵਾਲ ਤਾਂ ਪੁੱਛਿਆ ਅੱਜ ਜਿਵੇਂ ਬਾਈ ਕੰਤਾ ਪੱਖੀ ਵਾਲਾ ਨਾ, ਉਹ ਤਾਂ ਜਿਵੇਂ ਹੁਣ ਮੰਨ ਲਓ ਵੀ 10 ਕਬੂਤਰ ਰਹਿ ਗਏ ਤਾਂ 8 ਬਾਈ ਕੋਲੇ ਜਾਂਦੇ ਆ, ਹਨਾ ਉਹਨੇ 8 ਕਬੂਤਰ ਸਾਹਮਣੇ ਹੁੰਦੇ ਆ, ਉਹਨਾਂ ਟਾਈਮਾਂ ਚ ਵੱਧ ਤੋਂ ਵੱਧ 2 ਹੁੰਦੇ ਸੀ, ਕੋਈ ਯਾਰ ਮਿੱਤਰ ਦਾ ਇੱਕ ਕਬੂਤਰ ਸਾਂਭਦਾ ਹੁੰਦਾ ਸੀ ਕੋਈ, ਨਹੀਂ ਤਾਂ ਆਪਦਾ ਆਪਦਾ ਹੀ ਸਾਂਭਦੇ ਸੀ, ਪਰ ਤੁਹਾਡੇ ਜਸਵੀਰ ਦੀ ਜਿਹੜੀ ਦੁਸਰ ਉਹ ਸਭ ਤੋਂ ਟੌਪ ਟੌਪ ਸੀਗੀ ਬਈ ਜੀ। ਮੋਹਨ ਸਿੰਘ ਬਾਦਲ ਦਾ ਕੋਈ ਗਏ ਹੋ ਉੱਥੇ ਚੱਕ ਬਾਦਲ
ਚੱਕ ਬਾਦਲ ਕੇਰਾਂ ਗਏ ਸੀ, ਬੁੱਧਰ ਵਾਲੀ ਬਾਜੀ ਸੀ ਜੀ, ਉਦੋਂ ਗਏ ਸੀ ਜੀ। ਇੱਕ ਵਾਰੀ ਆਪਾਂ ਰਾਤ ਵੀ ਰਹਿ ਗਏ ਚਾਰੇ ਜਾਣੇ, ਇੱਕ ਵਾਰੀ ਵੈਸੇ ਵੀ ਗਏ ਸੀ ਚਾਰੇ ਜਾਣੇ ਸੀ। ਹਾਂ ਜਾ ਕੇ ਆਏ ਸੀ ਬਾਦਲ। ਕਹਿੰਦੇ ਵੀ ਜਦੋਂ ਵੀ ਕੋਈ ਬੰਦਾ ਜਾਂਦਾ ਸੀ ਖੁਸ਼ੀ ਬੜੀ ਕਰਦੇ ਸੀ ਮੋਹਨ ਸਿੰਘ ਬਾਦਲ। ਖੁਸ਼ੀ ਉਹ ਵੀ ਉੱਥੇ ਵਿਚਾਰਾ ਰਹਿੰਦਾ ਸੀ, ਤੇ ਖਿਡਾਰੀਆਂ ਨੂੰ ਵੀ ਇੱਕ ਸ਼ੌਂਕ ਬੜਾ ਸੀ ਉਹਨਾਂ ਨੂੰ, ਇੱਧਰੋਂ ਜਦੋਂ ਬੰਦੇ ਕਿੰਨੀ ਵਾਰ ਚੱਲ ਕੇ ਜਾਂਦੇ ਸੀ ਖੁਸ਼ੀ ਕਰ, ਬੜੀ ਆਪ ਸਾਰੇ ਹੱਥ ਨਾਲ ਮੀਰ ਮੂਰ ਆਪ ਬਣਾਉਂਦਾ ਜੀ, ਤੇ ਆਪ ਸਾਰਿਆਂ ਨੂੰ ਖੁਆਉਂਦਾ, ਸ਼ੌਂਕ ਬਹੁਤ ਸੀਗਾ ਉਹਨੂੰ। ਤੁਹਾਡੇ ਕੋਲ ਜਿਹੜੇ ਕਬੂਤਰ ਹੈ ਬਾਈ ਜੀ, ਹੁਣ ਤੱਕ ਤੁਸੀਂ ਆਪਦੀ ਕੀਮਤੀ ਨਸਲਾਂ ਬਣਾਈਆਂ, ਸਭ ਤੋਂ ਫੇਵਰੇਟ ਕਬੂਤਰ ਕਿਹੜੇ ਆ ਤੁਹਾਡੇ? ਫੇਵਰੇਟ ਤਾਂ ਕਈ ਉੱਡੇ ਆ, ਜਿਹੜਾ ਕਿਹਦੇ ਕਿਹੜੇ ਦੱਸਾਂ ਵੀ ਕਿਹੜੇ ਕਿਹੜੇ ਉੱਡੇ ਜੀ ਦਿਖਾਉਂਦੇ ਆ ਜੀ ਆਪਾਂ ਤੁਹਾਨੂੰ, ਨਾਲ ਨਾਲ ਕਬੂਤਰ ਵੀ ਦਿਖਾਉਂਦੇ ਆ ਆਪਾਂ। ਥੋੜੀ ਜਿਹੀ ਗੱਲਬਾਤ ਸੀ ਇੱਥੇ ਕੀਤੀ ਆ ਥੱਲੇ, ਤੇ ਆਪਾਂ ਬਾਈ ਨੂੰ ਨਾਲ ਨਾਲ ਗੱਲਾਂ ਬਾਤਾਂ ਵੀ ਜਾਰੀ ਰੱਖਾਂਗੇ, ਕਿਉਂਕਿ ਗੱਲਾਂ ਬਾਤਾਂ ਕਬੂਤਰ ਜਦੋਂ ਆਪਾਂ ਦਿਖਾਵਾਂਗੇ ਨਾ ਉੱਥੋਂ ਤੁਰਨੀ ਆ, ਤੇ ਆਓ ਆਪਾਂ ਬਾਈ ਕਬੂਤਰਾਂ ਕੋਲੇ ਚੱਲਦੇ ਹਾਂ, ਹਨਾ ਚਲੋ, ਕਿਉਂਕਿ ਹਨਾ ਬਹੁਤ ਵਧੀਆ ਸੌਂਦੇ ਆ ਜਰਨੈਲ ਸਿੰਘ, ਤੇ ਆਓ ਉੱਪਰ ਚੱਲਦੇ ਹਾਂ ਜੀ ਆਪਾਂ।